की नाम है तोड़ा जी? कुलविंदर कर। कितने दिन रहने वाले हो? फाजिल का। की मामला की है तोड़ा जी? मामला साढ़े असी रह फाजिल का रह बच्चा मेरे कारवाल दा नंबर आ गया टीचर वाला अस चंडीगढ़ गए सी वो काम ते असी उत्थों आए सी ते असी कहा चल पिंड गेड़ा लाई जाने हां वी कार वेखी जाने हां जदों असी गए पिंड तां उत्थे बस 15 मिंट असी गए सी 15 मिंट रुके हां बस ਜਦੋਂ ਅਸੀਂ ਗਏ ਤਾਂ ਉੱਥੇ ਸਾਨੂੰ ਅੱਗੋਂ ਉਹਨਾਂ ਨੇ ਸਾਨੂੰ ਲੰਘਣ ਨਹੀਂ ਦਿੱਤਾ ਸਾਰੇ ਇਕੱਠੇ ਹੋ ਗਏ ਤੇ ਅੰਗਾਲੀ ਗਲੋਚ ਕਰਨ ਲੱਗ ਗਏ ਤੇ ਅਸੀਂ ਕਿਹਾ ਸਾਨੂੰ ਲੰਘਣ ਦਿਓ ਕਹਿੰਦੇ ਨਹੀਂ ਤੇ ਅੱਗੋਂ ਜਾ ਕੇ ਸਾਡੇ ਗੱਲ ਪੈ ਗਏ ਮੇਰੇ ਘਰ ਵੱਲ ਦੇ ਵੀ ਗੱਲ ਪੈ ਮਾਰਪੀਟ ਕੀਤੀ ਮੇਰੇ ਘਰ ਵੱਲ ਦੇ ਤੇ ਮੇਰੇ ਵੀ ਤੇ ਉਸ ਤੋਂ ਬਾਅਦ ਮੇਰੇ ਢਿੱਡ 'ਚ ਲੱਤਾਂ ਲੁੱਤਾਂ ਮਾਰੀਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਛਡਾ ਛਡੂ ਕੇ ਭੱਜ ਗਏ ਉਸ ਤੋਂ ਬਾਅਦ ਅਸੀਂ ਚੌਂਕੀ ਗਏ ਮੰਡੀ ਰੋਡਾਂ ਵਾਲੀ ਉੱਥੇ ਜਾ ਕੇ ਅਸੀਂ ਦਰਖਾਸਤ ਦੇ ਕੇ ਆਏ ਦਰਖਾਸਤ ਦੇ ਕੇ ਅਸੀਂ ਉਵੇਂ ਘਰ ਹੀ ਆਏ ਸੀ ਤੇ ਫਿਰ ਸਾਡੇ ਗੱਲ ਪੈ ਗਏ ਸਾਨੂੰ ਕਰੋ ਸਾਰੇ 11-12 ਜਣੇ ਸੀ ਸਾਡੇ ਪਿੱਛੇ ਲੱਗ ਗਏ ਮੇਰੇ ਘਰ ਵੱਲ ਤਾਂ ਭੱਜ ਗਿਆ ਤੇ ਮੈਂ ਘਰ ਸੀ ਕਰੇ ਆ ਕੇ ਮੇਰੀ ਕੁੱਟਮਾਰ ਕੀਤੀ ਮੇਰੇ ਪੇਟ 'ਚ ਲੱਤਾਂ ਮਾਰੀਆਂ ਮੇਰੇ ਵਾਲ ਵੀ ਫੁੱਟੇ ਸਾਰਿਆਂ ਜਣਿਆਂ ਨੇ ਉਹਨਾਂ ਦੀ ਕੁੜੀਆਂ ਇਹ ਕਿੱਥੇ ਦਾ ਵਾਕਿਆ ਜੀ ਇਹ ਹੋਰ ਕਾਸ ਦਾ ਕਦੋਂ ਦੀ ਗੱਲ ਜੀ ਆ ਇਹ 1 ਤਰੀਕ 1 ਜੂਨ ਦੀ ਤੁਸੀਂ ਕੀ ਕਰਨ ਗਏ ਸੀ ਉੱਥੇ ਪਿੰਡ ਜੀ ਅਸੀਂ ਕਰਦੇ ਅਸੀਂ ਸਫਾਈ ਕਰਨ ਗਏ ਸੀ ਚਲ ਗੇੜਾ ਲਾਈਏ 1 ਮਹੀਨੇ ਬਾਅਦ ਗਏ ਹਾਂ ਅਸੀਂ ਪਿੰਡ ਤੁਹਾਡੀ ਰਿਹਾਇਸ਼ ਜਿਹੜੀ ਫਾਜ਼ਿਲ ਕਾ ਹੈ ਹਾਂਜੀ ਫਾਜ਼ਿਲ ਕਾ ਉੱਥੇ ਤੁਹਾਡਾ ਮਕਾਨ ਹੈ ਜੀ ਹਾਂਜੀ ਉੱਥੇ ਮਕਾਨ ਹੈ ਕੀ ਕਾਰਨ ਕੀ ਹੈ ਜਿਹੜੀ ਪੜੋਸਣ ਨਾਲ ਲੜਾਈ ਝਗੜਾ ਹੁੰਦਾ ਤੁਹਾਡਾ ਬਸ ਕਾਰਨ ਹੈ ਮੇਰੇ ਘਰ ਵੱਲ ਦਾ ਨੰਬਰ ਆ ਗਿਆ ਹੈ ਜੋਬ ETT ਚ ਤੇ ਉਹ ਬਸ ਇਹ ਕਹਿੰਦੇ ਨੇ ਲੋਕਾਂ ਕੋਲ ਵੀ ਕਹਿੰਦੇ ਨੇ ਬਸ ਇਹਦੇ ਤੇ ਅਸੀਂ ਪਰਚਾ ਕਰਾਣਾ ਹੈ ਵੀ ਇਹਨੂੰ ਅਸੀਂ ਨੌਕਰੀ ਨਹੀਂ ਲੱਗਣ ਦੇਣਾ ਕੋਈ ਰਸਤੇ ਨੂੰ ਲੈ ਕੇ ਵੀ ਰੋਲ ਤੁਹਾਡਾ ਉੱਥੇ ਕੋਈ ਝਗੜਾ ਜਿਹੜਾ ਰਹਿੰਦਾ ਰਸਤੇ ਨੂੰ ਲੈ ਕੇ ਰਹਿੰਦਾ ਤੁਹਾਡਾ ਹਾਂਜੀ ਅਸ ਉਹ ਸਾਡੇ ਘਰ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਘਰ ਤੇ ਰਸਤੇ ਚ ਲੰਘਣ ਨਹੀਂ ਦਿੰਦੇ ਕੌਣ ਰਹਿੰਦਾ ਕੌਣ ਉੱਥੇ ਘਰ ਚ ਕੋਈ ਨਹੀਂ ਰਹਿੰਦਾ ਬਸ ਖਾਲੀ ਘਰ ਪਿਆ ਹੈ ਤੇ ਹੁਣ ਤੁਹਾਨੂੰ ਕਿੰਨੇ ਸੱਟਾਂ ਵੱਜੀਆਂ ਨੇ ਮੇਰੇ ਪੇ ਮੈਂ ਪ੍ਰੈਗਨੈਂਟ ਹੈਗੀ ਹਾਂ 2 ਮਹੀਨਿਆਂ ਤੋਂ ਤੇ ਉਹਨਾਂ ਨੇ ਮੇਰੇ ਪੇਟ 'ਚ ਲੱਤਾਂ ਮੇਰੇ ਬੱਚਾ ਮਾਰਨ ਦੀ ਕੋਸ਼ਿਸ਼ ਕੀਤੀ ਅਸੀਂ ਫਾਜ਼ਿਲਕਾ ਸਰਕਾਰੀ ਹਸਪੀਟਲ ਐਡਮਿਟ ਸੀ ਸਾਨੂੰ ਉਹਨੇ ਰੈਫਰ ਕੀਤਾ ਬਠਿੰਡੇ ਅਸੀਂ ਜਾ ਰਹੇ ਸੀ ਬਠਿੰਡੇ ਤੇ ਸਾਨੂੰ ਸਾਡੇ ਫਿਰ ਪਿੱਛੇ ਲੱਗ ਗਿਆ ਸਾਰੇ ਜਣੇ ਵੀ ਇਹ ਅੱਗੇ ਜਾ ਕੇ ਨਾ ਸਕੈਨ ਕਰਾਉਣ ਤੇ ਅਸੀਂ ਇਸ ਕਰਕੇ ਅਸੀਂ ਘਰ 1 ਵਾਰੀ ਆ ਗਏ ਸੀ ਉਹਨਾਂ ਦੇ ਡਰ ਦੇ ਮਾਰੇ ਲੁੱਕ ਗਏ ਹੁਣ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਸਾਡੀ ਕਾਰਵਾਈ ਕੀਤੀ ਜਾਏ ਸਾਨੂੰ ਘਰ ਨਹੀਂ ਰਹਿਣ ਦਿੰਦੇ ਸਾਡੇ ਘਰ ਤੇ ਕਬਜ਼ਾ ਕਰਦੇ ਨੇ ਤੇ ਕਹਿੰਦੇ ਨੇ ਨਾਲੇ ਇਹਨਾਂ ਦੇ ਮੇਰੇ ਹਸਬੈਂਡ ਨੂੰ ਕਹਿੰਦੇ ਨੇ ਵੀ ਇਹਨਾਂ ਨੂੰ ਜੋਬ ਨਹੀਂ ਕਰਨ ਦੇਣੀ ਇਹਨਾਂ ਤੇ ਪਰਚਾ ਕਟਵਾਉਣਾ ਬਲਾਤ ਕਰਦੇ ਨੇ ਜੀ ਸਰ ਕੀ ਨਾਮ ਹੈ ਤੁਹਾਡਾ ਸਰ ਓਮ ਪ੍ਰਕਾਸ਼ ਓਮ ਪ੍ਰਕਾਸ਼ ਜੀ ਕੀ ਕਹਿਣਾ ਚਾਹੋਗੇ ਸਰ ਅਸੀਂ ਸਾਫ ਸਫਾਈ ਲਈ ਅਸੀਂ ਸਰ ਘਰ ਆਏ ਸੀ ਪਰ ਜਦੋਂ ਅਸੀਂ ਸਰ ਘਰ ਚੋਂ ਬਾਹਰ ਜਾ ਰਹੇ ਸੀ ਤਾਂ ਅੱਗੋਂ ਸਰ ਉਹ ਕੁਰਸੀਆਂ ਡਾ ਕੇ ਬਹਿ ਗਏ ਸਾਡੇ ਘਰ ਤੇ ਸਰ ਤੇ ਸਰ ਸਾਡੇ ਨਾਲ ਉਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਸਰ ਤੇ ਜਿਸ 'ਚ ਮੇਰੀ ਵਾਈਫ ਮੈਨੂੰ ਮੇਰੇ ਬਚਾਉਣ ਲਈ ਅੱਗੋਂ ਆਈ ਤਾਂ ਸਰ ਉਹਨਾਂ ਨੇ ਉਹਦੀ ਵੀ ਕੁੱਟਮਾਰ ਕੀਤੀ ਤੇ ਵਾਲ ਵਗੈਰਾ ਸਰ ਉਹਦੇ ਫੁੱਟੇ ਸਰ ਮੇਰਾ ਛੋਟਾ ਬੱਚਾ ਉਹਨੂੰ ਵੀ ਇਹਨਾਂ ਨੇ ਸਰ ਘਰੋਂ ਭਜਾਤਾ ਸਰ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜਿਆ ਉੱਥੋਂ ਪਿੱਛੋਂ ਸਰ ਇਹਨਾਂ ਨੇ ਮੇਰੇ ਘਰਵਾਲੀ ਨੂੰ ਪੇਟ ਵਿੱਚ ਲੱਤਾਂ ਵਗੈਰਾ ਮਾਰੀਆਂ ਵਾਲ ਫੁੱਟੇ ਜਦੋਂ ਕਿ ਸਰ ਮੇਰੇ ਘਰਵਾਲੀ ਦੀ 2 ਮਹੀਨੇ ਦੀ ਪ੍ਰੈਗਨੈਂਸੀ ਚੱਲ ਰਹੀ ਹੈ ਇਸ ਵਿੱਚ ਸਰ ਮੇਰੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਰ ਕਦੋਂ ਦਾ ਵਾਕਿਆ ਜੀ ਇਹ ਸਰ 1 ਜੂਨ ਦਾ ਵਾਕਿਆ ਕਿਹੜੇ ਪਿੰਡ ਦਾ ਸਰ ਹੋਜ ਖਾਸ ਦਾ ਜੀ ਤੁਸੀਂ ਕੀ ਕਰਨ ਗਏ ਸੀ ਉੱਥੇ ਜੀ ਸਰ ਅਸੀਂ ਇਤਵਾ ਸਾਫ ਸਫਾਈ ਵਗੈਰਾ ਸਰ ਕਰਨ ਗਏ ਸੀ ਤੁਹਾਡਾ ਘਰ ਹੈ ਉੱਥੇ ਹਾਂਜੀ ਸਰ ਆਪਣਾ ਉਂਝ ਰਿਹਾਇਸ਼ ਕਿੱਥੇ ਤੁਹਾਡੀ ਸਰ ਉਂਝ ਸਰ ਸਾਰੀ ਫਾਜ਼ਿਲਕਾ ਜੀ ਤੇ ਕੀ ਲੜਾਈ ਕਿਸ ਤਰ੍ਹਾਂ ਹੋਈ ਗੱਲ ਕਿਵੇਂ ਵਧੀ ਤੁਹਾਡੀ ਸਰ ਸੜਕ ਦਾ ਰੋਲਾ ਹੈ ਸਰ ਬਸ ਸਾਨੂੰ ਘਰ ਤੇ ਸਾਡੇ ਕਬਜ਼ਾ ਕਰਨਾ ਚਾਹੁੰਦੇ ਲੰਘਣ ਨਹੀਂ ਦਿੰਦੇ ਸਰ ਵੀ ਆਪੇ ਅਸੀਂ ਇਹਨਾਂ ਨੂੰ ਰੋਕਾਂਗੇ ਇਸ ਤਰ੍ਹਾਂ ਲੜਾਈ ਝਗੜਾ ਕਰਾਂਗੇ ਤਾਂ ਆਪੇ ਸਾਰੇ ਪਿੰਡ ਆਉਣਾ ਜਾਣਾ ਬੰਦ ਕਰ ਦੇਣਗੇ ਤੇ ਅਸੀਂ ਇਹਨਾਂ ਦੇ ਘਰ ਤੇ ਕਬਜ਼ਾ ਕਰ ਲਾਂਗੇ ਤੁਹਾਡੇ ਪਰਿਵਾਰਕ ਮੈਂਬਰ 'ਚ ਕਿਹਨੂੰ ਸੱਟਾਂ ਵੱਜੀਆਂ ਨੇ ਸਰ ਮੇਰੀ ਵਾਈਫ ਨੂੰ ਸੱਟਾਂ ਲੱਗੀਆਂ ਨੇ ਸਰ ਲੱਤ ਤੇ ਵੀ ਪੇਟ 'ਚ ਵੀ ਸਰ ਲੱਗੀਆਂ ਨੇ ਸਿਰ ਤੇ ਵੀ ਲੱਗੀ ਸਰ ਹਾਂਜੀ ਸੂਚਨਾ ਤੁਸੀਂ ਪੁਲਿਸ ਨੂੰ ਦਿੱਤੀ ਹਾਂਜੀ ਸਰ ਅਸੀਂ ਕੰਪਲੀਟ ਰੋੜਾਂ ਵਾਲੀ ਮੰਡੀ ਬਕਾਇਦਾ ਸਰ ਅਸੀਂ ਦਰਖਾਸਤ ਦੇ ਕੇ ਆਏ ਸੀ ਇੱਕ ਉਹ ਵੀਡੀਓ ਦਿਖਾ ਰਹੇ ਸੀਗੇ ਚੈਨਲ ਤੇ ਤੇ ਉਹ ਕਹਿ ਰਹੇ ਸੀ ਵੀ ਤੁਸੀਂ ਉਹਨਾਂ ਦਾ ਘਰ ਵੜ ਕੇ ਮਾਰਕੁੱਟ ਕੀਤੀ ਉਹਨਾਂ ਦੇ ਕਾਰ ਦਾ ਸ਼ੀਸ਼ਾ ਵੀ ਭੰਨਿਆ ਸਰ ਅਸੀਂ ਉਹਨਾਂ ਦੀ ਕਾਰ ਸ਼ੀਸ਼ਾ ਨਹੀਂ ਭੰਨਿਆ ਸਰ ਉਹ ਇੱਕ ਉਹਨਾਂ ਨੇ ਰੰਜਿਤ ਸਰ ਰਚੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਕੀਤਾ ਗਿਆ ਸਰ ਤੇ ਉਹਨਾਂ ਨੇ ਸਰ ਸਭ ਆਪੇ ਪਲਾਨ ਬਣਾਇਆ ਸਰ ਆਪੇ ਸ਼ੀਸ਼ਾ ਵਗੈਰਾ ਤੋੜਿਆ ਜੀ ਉਹਨਾਂ ਨੇ ਸਰ ਉਹ ਜਦੋਂ ਸਰ ਸਾਰੇ ਜਦੋਂ ਲੜਾਈ ਕਰਦੇ ਨੇ ਸਰ ਸਾਰੇ ਬੰਦੇ ਹੀ ਸਾਡੇ ਨਾਲ ਸਰ ਕਰਦੇ ਨੇ ਸਰ ਬਾਅਦ ਉੱਥੇ ਜਾ ਕਹਿ ਦਿੰਦੇ ਨੇ ਥਾਣੇ ਵਿੱਚ ਕਿ ਸਾਡੇ ਬੰਦੇ ਕਰਨੇ ਸੀ ਸਾਡੀਆਂ ਜਨਾਨੀਆਂ ਕਰਦੇ ਸਰ ਇਹ
सर वो ब्लैक वगैरह कर देने सर उन्हों का मुंडा कनैक्टर है सर उत्थे चिट्टे की सप्लाई करता है सर उधरों पैसे वगैरह भेजद वो पैसों से उन्होंने गड्डी खरीदी सर खा रहा सर दो नंबर के काम च सारा कुछ करके सानू बहुत दुखी कर रहा परेशान कर रहा जी की मांग की करते हो सर इंसाफ की मांग करते हैं कि सानू इंसाफ दवाया जाए जी जी की नाम है थोड़ा जी परमजीत कौर कितने रहने वाली मैं हौज खास से रहने वाली हूं मेरी रहायश हौज खास है साड़ी सड़क तो काफी दिनों की लड़ाई चल रही है और मेरे बच्चे दोनों बच्चे जॉब कर रहे हैं मेरा घर वाला प्रिंसीपल है मैं आप आशा वर्कर दी काम कर दी जॉब कर रही हूं इन्होंने सारिया ने मेरा राह रोकिया जो कि मेरे मेनू कार का कब्जा करना चाहते हैं ये बहुत गलत घटिया बंदे हैं इन्हों का सारा समगल का काम चल रहा जेड़ा कि चार बंदे आई जाते चार बंदे जाई जाते मैं कदे ड्यूटी ते आने इन्हों के कार बहुत मोटरसाइकिल वो जाली लग्या सी बिजली विच लाइनमैन जेड़ा कि उन्हें से 420 का पर्चा कटिया होया वो हटिया होया जेड़ा कि बहुत मेनू खराब कर रहे हैं मेरे बच्चे ड्यूटी ते जांदे हैं ड्यूटी कर रहे हैं पर ये बहुत खराब कर रहे हैं बहुत घटिया बंदे है मेनू बहुत दुखी किया जदों कि मेरा बंदा बीमार है इन्होंने मेरे बंदे नू बहुत सानू टेंशन दिती हुई है उन्होंने ना सानू घर वड़न दे रहे हैं ना ही साडा घर दे कब्जा कर दे मेरी जमीन ते भी कब्जा कर रहे हैं जो ये सारा परिवार दो घर तीन कट्ठे हो या 10-12 बंदे आ साडे गल पै जांदे आ साडे कुट मार करदे आ मेरे बेटा कदे सफाई करन गया सी ओम प्रकाश कलविंदर कौर यह चंडीगढ़ आए सी ये बेचारे घर गए सी सफाई करन जेडे कि इन्होंने बहुत कुट मार की उन्हां दी इन्होंने घरों भजाई फिर मेरे वड्डे पोते नूं मारना चाहुंदे आ मेरी नूंह दे प्रैगनेंसी 2 महीने सी जेडे उन्होंने ढिड च लत्तां मारियां इन्होंने लत्तां मार के घरों कढ़िया इन्होंने पिंड च बेचारे सारे रात तुरे फिर फिर मैं इत्थे फाजिलके उधर जाके मैनूं फोन आया मैं चक के एडमिट किया फाजिलके जेड़ा कहने उन्होंने फरीदकोट रेफर कर दिता उन्होंने उतो फिर उन्होंने वापस करके मेरी नूह का इलाज चल रहा 2 महीने का प्रेगनेंस है अज फिर उन्होंने सानू भी मतलब उन्होंने भेज दिता भी स्कैन करा के लियाओ ता असि बठिंडे नू जा रहे सी आ रहे सी जाना पर वो साडे मगर उन्होंने बंदे लाए गड्डी दे बंदे लाए सी फिर अज फाइल के आके लुक चुके आ जद कि मेरे घर सानू बहुत खराब कीती साडी उम्र 50-60 साल दी है सानू मारना चाहुंदे ने साडे घर ते कब्जा जमीन ते कब्जा करना चाहुंदे आ ये दोनों घर बहुत खराब हन ते गलत इल्जाम रहियां ला रहियां मेरे बच्चियां ते इन्हां दा कोई कारवाई करनी चाहिए जेडे मेरे बच्चे नूह दे पेट च लत्तां मारियां उनकी प्रेगनेंसी ये मारन बच्चा मारना चाहते सीगे तां इन्हां दे कारवाई करनी चाहिए आ सारी इन्हां दे मेरे बंदा जेड़ा बीमार रहिंदा उन्हें इलाज चल रहा है गंगानगर ते इन्हां दी माड़ा मोटा इन्हां नू सारे मुलाजम इन्हां दी पर्चा कटिया जावे इन्हां दी अरेस्ट कीती जावे जनानियां दी कुड़ियां दी इन्हां साहब नू अंदर दित्ता जावे पुलिस नू सूचना दित्ती तुसीं हां जी सूचना असीं पुलिस नू दित्ती है साडे बेटी दे बयान नूह साडी दे बयान लैके चले गए ओह कल पर ओह गलत इल्जाम ला के उन्हां दी कुड़ियां जो 14-14 सारी गलत धंधे करदियां साडे ते इल्जाम झूठे ला रही मेरे बच्चियां दे जो कि मेरा बच्चा एक जॉब कर रहा दूजा मेरा बच्चा जॉब लग रहा ETT विच मेरी बेटी भी टेट पास है वह भी जॉब मिल रही है इन्हों जेड़ा कि साडे घर नू खराब कर रहे साडी इज्जत खराब कर रहे हैं हां जी की नाम है तुहाडा जी मिंदर सिंह ਮਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹੁੰਦਾ ਕਿ ਮੈਂ ਤਾਂ ਕਾਫੀ ਦੇਰ ਬਾਹਰ ਪਿੰਡ ਨਹੀਂ ਜਾ ਸਕਦਾ ਮੇਰਾ ਮੁੰਡਾ ਇਕੱਲਾ ਕਦੇ ਜਾਂਦਾ ਨਹੀਂ ਕਦੇ ਜਾਂਦਾ ਨਹੀਂ ਪਿੰਡ ਤੇ ਉਹ ਸਾਰਾ ਟੱਬਰ ਇਕੱਠੇ ਹੋ ਕੇ ਉਹਨਾਂ ਦਾ ਰੋਕ ਕੇ ਉਹਨੂੰ ਗਾਲ ਪੈਂਦੇ ਕੁੱਟਦੇ ਆ ਮਾਰਦੇ ਆ ਤੇ ਉੱਥੇ ਨਹੀਂ ਵਸਣ ਦਿੰਦੇ ਇਸੇ ਗੱਲ ਦੇ ਦੁਖੀ ਹੋ ਕੇ ਅਸੀਂ ਸ਼ਹਿਰ ਥਾ ਲਿਆ ਤੇ ਇੱਥੇ ਰਾਜ ਕੀਤੀ ਪਰ ਮੈਂ ਕੀ ਕਰਾਂ ਅੱਜ ਮੇਰਾ ਘਰ ਰੋਕਣੇ ਪਏ ਆ ਤੇ ਕੱਲ ਨੂੰ ਮੇਰੀ ਜ਼ਮੀਨ ਵੀ ਕਬਜ਼ਾ ਕਰਨਗੇ ਕੱਲ ਮੈਂ ਭੋਗ ਤੇ ਗਿਆ ਮੇਰੀ ਭੈਣ ਮਰੀ ਸੀ ਹਰਿਆਣਾ ਪਿੰਡ ਚ ਉੱਥੇ ਮੈਨੂੰ ਇਹਨਾਂ ਧਮਕੀਆਂ ਦਿੱਤੀਆਂ ਅੱਜ ਪੁੱਤਰਾਂ ਨੂੰ ਹੀ ਸਾਡੇ ਵਾਲੇ ਕਰਦੇ ਤੇ ਤੂੰ ਹੀ ਸਿੱਧਾ ਹੋ ਜਾ ਤੇ ਅਸੀਂ ਲੱਤਾਂ ਵੱਢਾਂਗੇ ਬਾਹਾਂ ਵੱਢ ਦਿਆਂਗੇ ਦੋਵੇਂ ਭਰਾ ਮੇਰੇ ਉੱਥੇ ਸਾਰਿਆਂ ਦੇ ਵਿੱਚ ਗੱਲ ਭੈਣ ਤੱਕ ਗਏ 70 ਸਾਲ ਦੀ ਉਮਰ ਹੈ ਮੈਂ ਤਾਂ ਕੁਝ ਕਰ ਨਹੀਂ ਸਕਦਾ ਤੇ ਮੇਰਾ ਹੁਣ ਵੀ ਬਿਮਾਰ ਰਹਿੰਦਾ ਮੇਰਾ ਗੰਗਾਨਗਰ ਤੋਂ ਆਦਿਤਿਆ ਹਸਪਤਾਲ ਤੋਂ ਚੱਲ ਰਿਹਾ ਕੀ ਮੰਗ ਕੀ ਕਰਦੇ ਬਾਬਾ ਜੀ ਤੁਸੀਂ
मैं मांग करना कि दोषियों के खिलाफ कार्रवाई की जाए, साड़ी सुनाई की जाए, जिस तरह की कानूनी कार्रवाई इन्होंने खिलाफ होनी चाहिए।